प्यारी बच्चों पिछली वीडियो ਦੇ ਵਿੱਚ ਅਸੀਂ ਨਾਵਲ ਇੱਕ ਹੋਰ ਨਵਾਂ ਸਾਲ ਅਤੇ ਇਕਾਂਗੀ ਨਾਇਕ ਦੇ ਪਾਤਰਾਂ ਦਾ ਪਾਤਰ ਚਿੱਤਰਣ ਕੀਤਾ ਸੀ ਉਸ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਦਿੱਤਾ ਹੈ ਤੁਸੀਂ ਉੱਥੋਂ ਉਹ ਵੀਡੀਓ ਦੇਖ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਕਹਾਣੀਆਂ ਦੇ ਸਾਰ ਕਰਾਂਗੇ ਸਭ ਤੋਂ ਪਹਿਲਾ ਹੈ ਕੁਲਫੀ ਕਹਾਣੀ ਕulfi ਕਹਾਣੀ ਵਿੱਚ ਲੇਖਕ ਨੇ ਘੱਟ ਤਨਖਾਹ ਲੈਣ ਵਾਲੇ ਮੁਲਾਜ਼ਮ ਦੀ ਆਰਥਿਕ ਹਾਲਤ ਦਾ ਚਿੱਤਰ ਪੇਸ਼ ਕੀਤਾ ਹੈ ਘੱਟ ਤਨਖਾਹ ਹੋਣ ਕਰਕੇ ਉਹ ਆਪਣੀ ਕulfi ਖਾਣ ਦੀ ਖਾਹਿਸ਼ ਨੂੰ ਦਿਲ ਵਿੱਚ ਦਬਾ ਲੈਂਦਾ ਹੈ ਇੱਥੋਂ ਤੱਕ ਕਿ ਆਪਣੇ ਪੁੱਤਰ ਦੇ ਕulfi ਮੰਗਣ ਤੇ ਉਹ ਬਹਾਨੇ ਤੇ ਬਹਾਨੇ ਲਾਉਂਦਾ ਹੈ ਸ਼ਾਮ ਨੂੰ ਬਾਜ਼ਾਰੋਂ ਕulfi ਖਾਣ ਦਾ ਬਹਾਨਾ ਲਾ ਕੇ ਖਹਿੜਾ ਛਡਾਉਣ ਦਾ ਯਤਨ ਕਰਦਾ ਹੈ ਉਹ ਆਪਣੇ ਮਾਲਕ ਨੂੰ ਤਨਖਾਹ ਵਧਾਉਣ ਲਈ ਵੀ ਨਹੀਂ ਕਹਿੰਦਾ ਕਿ ਕਿਦਰੇ ਉਹ ਉਸ ਨੂੰ ਨੌਕਰੀ ਤੋਂ ਹੀ ਜਵਾਬ ਨਾ ਦੇ ਦੇਵੇ ਉਹ ਆਪਣੇ ਆਪ ਨੂੰ ਅਸਫਲ ਪਿਤਾ ਸਮਝਦਾ ਹੈ ਕਿਉਂਕਿ ਆਪਣੇ ਪੁੱਤਰ ਦੀ ਇੱਕ ਨਿੱਕੀ ਜਹੀ ਇੱਛਾ ਪੂਰੀ ਕਰਨ ਤੋਂ ਅਸਮਰਥ ਹੈ ਕਾਕਾ ਸੁਪਨੇ ਵਿੱਚ ਵੀ ਕੁਫੀ ਕੁਫੀ ਬੜਬੜਾਉਂਦਾ ਹੈ ਪਤਨੀ ਤੋਂ ਕਾਕੇ ਨੂੰ ਗਾਲ ਕੱਢਣ ਤੇ ਪਿਤਾ ਦਾ ਮਨ ਤੜਫ ਉੱਠਦਾ ਹੈ ਅੰਤ ਵਿੱਚ ਕੁਲਫੀ ਖਾ ਰਹੀ ਸ਼ਾਹਾਂ ਦੇ ਮੁੰਡੇ ਤੋਂ ਕulfi ਖੋਲ ਲੈਂਦਾ ਹੈ ਅਤੇ ਉਸ ਨੂੰ ਟੁੱਟ ਮਾਰ ਕੇ ਨਾਲੀ ਵਿੱਚ ਸੁੱਟ ਦਿੰਦਾ ਹੈ ਸਾਹਣੀ ਦੇ ਲਾਂਬੜ ਦੇਣ ਤੇ ਕਾਕੇ ਦੀ ਮਾਂ ਕਾਕੇ ਨੂੰ ਮਾਰਨ ਲੱਗਦੀ ਹੈ ਪਰ ਕਾਕਾ ਕਹਿੰਦਾ ਹੈ ਕੁਛ ਵੰਡ ਸੁਣਾਣੀ ਕਾਇਰ ਪਿਓ ਦੇ ਘਰ ਪੁਤ ਭਾਦਰ ਪੁੱਤਰ ਜੰਮਿਆ ਇਹ ਸੀ ਕulfi ਕਹਾਣੀ ਦਾ ਸਾਰ ਹੁਣ ਅਸੀਂ ਮੜੀਆਂ ਤੋਂ ਦੂਰ ਕਹਾਣੀ ਦਾ ਸਾਰ ਕਰਾਂਗੇ ਇਸ ਕਹਾਣੀ ਵਿੱਚ ਲੇਖਕ ਨੇ ਰੋਜੀ ਰੋਟੀ ਕਮਾਉਣ ਖਾਤਰ ਇੰਗਲੈਂਡ ਜਾ ਵਸੇ ਪੰਜਾਬੀਆਂ ਦੀ ਵਿਥਿਆ ਨੂੰ ਬਿਆਨ ਕੀਤਾ ਹੈ ਕਿ ਕਿਸੇ ਪ੍ਰਵਾਸੀ ਪੰਜਾਬੀ ਆਪਣੇ ਪੰਜਾਬ ਦੀ ਧਰਤੀ ਨਾਲੋਂ ਟੁੱਟ ਕੇ ਆਪਣੀ ਸਭਿਆਤਾ ਵੀ ਭੁੱਲ ਜਾ ਰਹੇ ਹਨ ਕਹਾਣੀ ਦੀ ਮੁੱਖ ਪਾਤਰ ਮਾਸੀ ਆਪਣੇ ਇੰਗਲੈਂਡ ਵਸਦੇ ਪੁੱਤਰ ਕੋਲ ਤਰਲਾ ਮਿਹਨਤ ਕਰਕੇ ਆ ਜਾਂਦੀ ਹੈ ਪਹਿਲਾ ਤਾਂ ਉਹ ਇੰਗਲੈਂਡ ਦੀ ਸਫਾਈ, ਖੁੱਲੀਆਂ ਸੜਕਾਂ ਅਤੇ ਸੋਖਾ ਰਾਮ ਤੋਂ ਬਹੁਤ ਪ੍ਰਭਾਵਿਤ ਹੁੰਦੀ ਹੈ ਪਰ ਕੁਝ ਸਮੇਂ ਬਾਅਦ ਹੀ ਮਾਸੀ ਖਬਰਾ ਜਾਂਦੀ ਹੈ ਕਿਉਂਕਿ ਉਸਦੇ ਨੂੰ ਪੁੱਤਰ ਕੋਲ ਉਸ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ ਉਸਦੇ ਪੋਤੇ-ਪੋਤੀਆਂ ਨੂੰ ਵੀ ਦਾਦੇ ਨਾਲ ਮੋ ਪਿਆਰ ਨਹੀਂ ਇਸ ਤਰ੍ਹਾਂ ਮਾਸੀ ਅਜਿਹੇ ਵਾਤਾਵਰਣ ਵਿੱਚ ਉਦਾਸ ਹੋ ਗਈ ਉਹ ਹੁਣ ਅਜਿਹੇ ਵਾਤਾਵਰਣ ਵਿੱਚੋਂ ਛੇਤੀ ਤੋਂ ਛੇਤੀ ਨਿਕਲਣਾ ਚਾਹੁੰਦੀ ਸੀ ਅੰਧੇ ਪੁੱਤਰ ਦੇ ਦੋਸਤ ਕਹਾਣੀਕਾਰ ਨੂੰ ਮਿੰਤਾ ਕਰਕੇ ਕਹਿੰਦੀ ਹੈ ਕਿ ਉਹ ਉਸ ਨੂੰ ਕਿਸੇ ਤਰੀਕੇ ਨਾਲ ਇੰਡੀਆ ਵਾਪਸ ਭਜਵਾ ਦੇਵੇ ਉਹ ਇੰਗਲੈਂਡ ਬਾਰੇ ਕਹਿੰਦੀ ਹੈ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਸ਼ੈਅ ਹੈ ਮੜੀਆਂ ਵਿੱਚ ਸਾਫੇਰ ਵੀ ਚੜਦੀ ਧੁੱਪ ਆਉਂਦੀ ਹੈ ਬਾਹ ਵਗਦੀ ਹੈ ਪੰਛੀ ਚਹਿਕਦੇ ਨੇ ਪਿਆਰੇ ਬੱਚਿਓ ਹੁਣ ਅਸੀਂ ਅੰਗ ਸੰ ਕਹਾਣੀ ਦਾ ਸਾਰ ਕਰਾਂਗੇ ਇਸ ਕਹਾਣੀ ਵਿੱਚ ਲੇਖਕ ਨੇ ਛੋਟੇ ਪਰਿਵਾਰ ਦੀਆਂ ਤੰਗੀਆਂ, ਤਰਸੀਆਂ ਮਜਬੂਰੀਆਂ ਅਤੇ ਨਸ਼ੇ ਦੀਆਂ ਪੈੜੀਆਂ ਆਦਤਾਂ ਕਾਰਨ ਹੋਈ ਮੰਦਹਾਲੀ ਨੂੰ ਚਿੱਤਰਿਆ ਹੈ। ਕਰਤਾਰ ਸਿੰਘ ਸਿੰਗਾਪੁਰ ਗਏ ਆਪਣੇ ਬਾਪ ਦੀ ਕਮਾਈ ਤੇ ਐਸ਼ ਕਰਦਾ ਹੈ। ਜ਼ਮੀਨ ਦੇ ਥੋਕੇ ਹਿੱਸੇ ਤੇ ਦੇ ਕੇ ਆਪਣੀ ਆਪਟਾਣੀਆਂ ਵਿੱਚ ਨਸ਼ੇ ਕਰਦਾ ਹੈ ਪਿਤਾ ਦੀ ਮੌਤ ਤੋਂ ਬਾਅਦ ਪੈਸਾ ਆਉਣਾ ਬੰਦ ਹੋ ਗਿਆ ਆਪਣੇ ਨਸ਼ੇ ਪੂਰੇ ਕਰਨ ਲਈ ਕਰਤਾਰ ਸਿੰਘ ਨੇ ਕਾਫੀ ਸਾਰੀ ਜ਼ਮੀਨ ਅਤੇ ਘਣੇ ਵੀ ਬੀਚ ਦਿੱਤੇ ਨਸ਼ਿਆਂ ਕਾਰਨ ਕਰਤਾਰ ਸਿੰਘ 45 ਕੋ ਸਾਲ ਦੀ ਉਮਰ ਵਿੱਚ ਹੀ ਮੌਤ ਹੋ ਗਈ ਵੱਡਾ ਪੁੱਤਰ ਅਮਰੀਕ ਸਿੰਘ ਨੌਕਰੀ ਕਰਦਾ ਸੀ ਅਤੇ ਘਰ ਤੋਂ ਬਹੁਤਾ ਦੂਰ ਹੀ ਰਹਿੰਦਾ ਸੀ ਹੁਣ ਸਾਰੀ ਜ਼ਿੰਮੇਵਾਰੀ ਅਮਰੀਕ ਸਿੰਘ ਤੇ ਸਿਰਫ ਤੇ ਆਪੇ ਹੀ ਛੋਟੀ ਭੈਣ ਦਾ ਵਿਆਹ ਕਰਨਾ ਸੁਸਾਇਟੀ ਦਾ ਕਰਜ਼ਾ ਮੋੜਨਾ ਗੈਣੇ ਪਈ ਜ਼ਮੀਨ ਛਡਾਉਣੀ ਅਤੇ ਹੋਰ ਕਰੇਲੂ ਜ਼ਿੰਮੇਵਾਰੀਆਂ ਨੇ ਅਮਰੀਕ ਸਿੰਘ ਨੂੰ ਕੌਰ ਉਦਾਸੀ ਵਿੱਚ ਧੱਕ ਦਿੱਤਾ ਉਹ ਆਪਣੇ ਆਪ ਨੂੰ ਵੀ ਕੋਸਦਾ ਉਹ ਸੋਚਦਾ ਕਿ ਜੇ ਪਿਤਾ ਦੇ ਜਾਂਦਿਆਂ ਉਸ ਵੱਲ ਧਿਆਨ ਦਿੰਦਾ ਤਾਂ ਸ਼ਾਇਦ ਉਸ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਪਿਆਰੇ ਬੱਚਿਓ ਹੁਣ ਅਸੀਂ ਬੰਮ ਬਹਾਦਰ ਕਹਾਣੀ ਦਾ ਸਾਰ ਕਰਾਂਗੇ ਇਸ ਕਹਾਣੀ ਵਿੱਚ ਲੇਖਕ ਨੇ ਜਾਨਵਰਾਂ ਦੀਆਂ ਕੋਮਲ ਭਾਵਨਾਵਾਂ ਨੂੰ ਸਮਝਣ ਤੇ ਜ਼ੋਰ ਦਿੱਤਾ ਹੈ ਜਦੋਂ ਮਹਾਵਤ ਮਾਤਾਦੀਨ ਬੰਬ ਹੱਦ ਦੇ ਖਰਾਕ ਵਿੱਚੋਂ ਹੀਰਾ ਫੇਰੀ ਕਰਕੇ ਘੱਟ ਖਰਾਕ ਦੇਣ ਲੱਗਾ ਤਾਂ ਬੰਬ ਨੇ ਖੋਰੂ ਪਉਣਾ ਸ਼ੁਰੂ ਕਰ ਦਿੱਤਾ ਪਰ ਮਹਾਰਾਣੀ ਦੇ ਮਹਿਲਾ ਵਿੱਚ ਆਉਣ ਤੇ ਬੰਬ ਦੇ ਵਿਵਹਾਰ ਵਿੱਚ ਬਹੁਤ ਬਦਲਾ ਆਇਆ ਕਿਉਂਕਿ ਮਹਾਰਾਣੀ ਬੰਬ ਦਾ ਵਿਸ਼ੇਸ਼ ਧਿਆਨ ਰੱਖਦੀ ਸੀ ਮਾਤਾਦੀਨ ਹਾਥੀ ਦੇ ਰਤ ਵਿੱਚੋਂ ਔਰ ਚੋਰੀ ਕਰਨ ਲੱਗ ਪਿਆ ਅਤੇ ਮਹਾਰਾਜੇ ਪਾਸ ਸ਼ਿਕਾਇਤ ਵੀ ਲਾਈ ਕਿ ਬੰਮ ਪਾਗਲ ਹੋ ਗਿਆ ਹੈ ਇਸ ਨੂੰ ਚਿੜਿਆ ਘਰ ਭੇਜ ਦਿੱਤਾ ਜਾਵੇ ਆਪਣੇ ਹੱਕ ਖੁਸ ਦੇ ਵੇਖ ਬੰਮ ਦੇ ਮਾਤਾ ਜੀਨ ਦਾ ਘਰ ਤੇ ਬਾਗ ਤਬਾਹ ਕਰ ਛੱਡਿਆ ਜਦੋਂ ਮਹਾਰਾਣੀ ਨੂੰ ਇਹ ਸਾਰੀ ਘਟਨਾ ਦਾ ਪਤਾ ਲੱਗਾ ਤਾਂ ਉਹ ਬੰਬ ਨੂੰ ਮਿਲਣ ਗਈ ਬੰਬ ਜੋ ਤਬਾਹੀ ਮਚਾ ਰਿਹਾ ਸੀ ਮਹਾਰਾਣੀ ਨੂੰ ਦੇਖ ਕੇ ਸ਼ਾਂਤ ਹੋ ਗਿਆ ਮਹਾਰਾਣੀ ਨੇ ਸਮਝ ਲਿਆ ਕਿ ਮਾਤਾ ਦੀਨ ਨੇ ਬੰਬ ਨੂੰ ਜ਼ਰੂਰ ਦੁੱਖ ਦਿੱਤਾ ਹੈ ਮਹਾਰਾਣੀ ਨੇ ਬੰਮ ਨੂੰ ਕਿਹਾ ਕਿ ਉਸ ਨੇ ਮਾਤਾਦੀਨ ਦੇ ਬੱਚਿਆਂ ਦਾ ਕੋਠਾ ਢਾ ਕੇ ਚੰਗਾ ਨਹੀਂ ਕੀਤਾ ਇਸ ਲਈ ਉਸ ਨੂੰ ਓਨੇ ਦਿਨ ਅੱਦਾ ਰਤਬ ਕੱਟ ਕੇ ਮਿਲੇਗਾ ਜਿੰਨੀ ਦੇਰ ਤੱਕ ਮਾਤਾਦੀਨ ਦੇ ਬੱਚਿਆਂ ਦਾ ਘਰ ਨਹੀਂ ਬਣ ਜਾਂਦਾ ਬੰਮ ਹੁਣ ਆਪਣੇ ਇੰਨੇ ਹੀ ਰਤਬ ਤੇ ਖੁਸ਼ ਸੀ ਪਿਆਰੇ ਬੱਚਿਓ ਹੁਣ ਅਸੀਂ ਬਾਗੀ ਦੀ ਧੀ ਕਹਾਣੀ ਦਾ ਸਾਰ ਕਰਾਂਗੇ ਲੇਖਕ ਨੇ ਇਸ ਕਹਾਣੀ ਵਿੱਚ ਦੇਸ਼ ਦੀ ਆਜ਼ਾਦੀ ਲਈ ਲੜਨ ਵਾਲੀ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਤੇ ਚਾਨਣਾ ਪਾਇਆ ਹੈ ਦੇਸ਼ ਦੀ ਆਜ਼ਾਦੀ ਦੀ ਲਹਿਰ ਸਮੇਂ ਜਦੋਂ ਪੁਲਿਸ ਕਿਸ਼ਨ ਸਿੰਘ ਨੂੰ ਗ੍ਰਿਫਤਾਰ ਕਰਨ ਆਈ ਤਾਂ ਉਸ ਸਮੇਂ ਕਿਸ਼ਨ ਸਿੰਘ ਦੀ ਪੁੱਤਰੀ ਲਾਜ ਨੂੰ 102 ਬੁਖਾਰ ਸੀ ਕਿਸ਼ਨ ਸਿੰਘ ਦੀ ਪਤਨੀ ਸ਼ਰਨ ਕੌਰ ਵੀ ਇਸਤਰੀਆਂ ਦੀ ਮੀਟਿੰਗ ਵਿੱਚ ਗਈ ਹੋਈ ਸੀ ਕਿਸ਼ਨ ਸਿੰਘ ਲਾਜ ਨੂੰ ਆਪਣੀ ਭੈਣ ਨੂੰ ਸੌਂਪ ਕੇ ਗ੍ਰਿਫਤਾਰੀ ਲਈ ਪੁਲਿਸ ਨਾਲ ਚੱਲ ਪਿਆ ਦੂਜੇ ਪਾਸੇ ਸ਼ਰਨ ਕੌਰ ਨੇ ਵੀ ਇਸਤਰੀਆਂ ਦੇ ਜਲੂਸ ਦੀ ਅਗਵਾਈ ਕਰਦਿਆਂ ਗ੍ਰਿਫਤਾਰੀ ਦੇ ਦਿੱਤੀ ਵਿਰਾਮਲੀ ਲਾਜ ਨੂੰ ਆਪਣੇ ਘਰ ਲੈ ਗਈ ਪਰ ਜਦੋਂ ਉਸ ਦਾ ਪਤੀ ਹੁਸ਼ਨਾਕ ਸਿੰਘ ਫੌਜ ਵਿੱਚੋਂ ਛੁੱਟੀ ਆਇਆ ਤਾਂ ਲਾਜ ਨੂੰ ਆਪਣੇ ਘਰ ਦੇਖ ਕੇ ਰੋਵ ਵਿੱਚ ਆ ਗਿਆ ਉਹ ਸਮਝਦਾ ਸੀ ਕਿ ਜੇ ਅੰਗਰੇਜ਼ ਸਰਕਾਰ ਨੂੰ ਪਤਾ ਲੱਗ ਗਿਆ ਕਿ ਉਸ ਦੇ ਘਰ ਬੱਗੀ ਕਿਸਨ ਸਿੰਘ ਦੀ ਤੀਹ ਰਹੀ ਹੈ ਤਾਂ ਉਸ ਦੀ ਰੁਕਾਵਟ ਵਿੱਚ ਤਰੱਕੀ ਵਿੱਚ ਰੁਕਾਵਟ ਆਏਗੀ ਇਸ ਲਈ ਛੁੱਟੀ ਕੱਟਣ ਤੋਂ ਬਾਅਦ ਉਹ ਵੀਰਾਵਲੀ ਨੂੰ ਨਾਲ ਲੈ ਗਿਆ ਅਤੇ ਲਾਜ ਪੂਆ ਦੇ ਵਿਛੋੜੇ ਕਾਰਨ ਉੱਥੇ ਹੀ ਡਿੱਗ ਪਈ ਅੰਤ ਵੀਰਾਵਲੀ ਦੀ ਰਾਦੀ ਅਮਾਨਤ ਵਿੱਚ ਖਿਆਨਤ ਕਰਨ ਮੌਤ ਹੋ ਗਈ ਲਾਜ ਹੌਨ ਲਾਹੌਰ ਹਸਪਤਾਲ ਵਿੱਚ ਸੀ ਰਿਹਾਈ ਮਗਰੋਂ ਸ਼ਰਨ ਕੌਰ ਹਸਪਤਾਲ ਪੁੱਜੀ ਉੱਥੇ ਉਸਨੇ ਅਸਲੇ ਨਾ ਤੋਂ ਕੋਈ ਨਹੀਂ ਸੀ ਜਾਣਦਾ ਉਸ ਦਾ ਨਾਂ ਬਾਗੀ ਦੀ ਤੀ ਪ੍ਰਸਿੱਧ ਹੋ ਚੁੱਕਾ ਸੀ ਇੱਕ ਸਫਾਈ ਸੇਵਕ ਤੋਂ ਪਤਾ ਕਰਕੇ ਜਦੋਂ ਸ਼ਰਨ ਕੌਰ ਲਾਜ ਦੇ ਕਮਰੇ ਵਿੱਚ ਪੁੱਜੀ ਤਾਂ ਲਾਜ ਮਰ ਚੁੱਕੀ ਸੀ ਪਿਆਰੇ ਬੱਚਿਓ ਹੁਣ ਅਸੀਂ ਧਰਤੀហេਟਲਾ ਬਲਤ ਘਾੜੀ ਦਾ ਸਾਰ ਕਰਾਂਗੇ ਇਸ ਕਹਾਣੀ ਵਿੱਚ ਕਹਾਣੀਕਾਰ ਨੇ ਇੱਕ ਪਾਤਰ ਦੀ ਸਹਿਣ ਸ਼ਕਤੀ ਦਾ ਵਿਖਾਵਾ ਕੀਤਾ ਹੈ ਬ੍ਰਹਮਾ ਦੇ ਫਰੰਟ ਤੋਂ ਛੁੱਟੀ ਕੱਟਣ ਆਇਆ ਫੌਜੀ ਮਾਨ ਸਿੰਘ ਬੜੇ ਚਾਅ ਨਾਲ ਆਪਣੇ ਮਿੱਤਰ ਕਰਮ ਸਿੰਘ ਦੇ ਪਰਿਵਾਰ ਨੂੰ ਮਿਲਣ ਲਈ ਚੁਹਰਕਾਣੇ ਤੋਂ ਉਸਦੇ ਪਿੰਡ ਠੱਠੀ ਹਾਰਾ ਪਹੁੰਚਦਾ ਹੈ ਜਿੱਥੇ ਉਸਨੇ ਪਹੁੰਚਣ ਤੋਂ ਪਹਿਲਾਂ ਕਰਮ ਸਿੰਘ ਦੀ ਲੜਾਈ ਵਿੱਚ ਮਾਰੇ ਜਾਣ ਦੀ ਖਬਰ ਪਹੁੰਚ ਚੁੱਕੀ ਹੈ ਮਾਨ ਸਿੰਘ ਨੂੰ ਕਰਮ ਸਿੰਘ ਦਾ ਪਰਿਵਾਰ ਆਸ ਮੁਤਾਬਕ ਖੁਸ਼ ਨਾ ਦਿਸਿਆ ਪਰ ਮਾਨ ਸਿੰਘ ਦੀ ਮਹਿਮਾਨ ਨਿਵਾਜ਼ੀ ਵਿੱਚ ਕੋਈ ਕਸਰ ਨਾ ਰਹਿਣ ਦਿੱਤੀ ਇਸ ਭੇਦ ਦੀ ਮਾਨ ਸਿੰਘ ਨੂੰ ਸਮਝ ਨਹੀਂ ਸੀ ਆ ਰਹੀ ਅੰਤ ਅਗਲੇ ਦਿਨ ਜਦੋਂ ਮਾਨ ਸਿੰਘ ਵਾਪਸ ਪਿੰਡ ਜਾਣ ਦੀ ਤਿਆਰੀ ਵਿੱਚ ਸੀ ਤਾਂ ਅਚਾਨਕ ਡਾਕਿਆ ਕਰਮ ਸਿੰਘ ਦੀ ਪੈਨਸ਼ਨ ਦੇ ਕਾਗਜ਼ ਲੈ ਆ ਗਿਆ ਜਿਸ ਤੋਂ ਮਾਨ ਸਿੰਘ ਨੂੰ ਸਾਰੇ ਪੇਦਾ ਪਤਾ ਲੱਗਾ ਕਰਮ ਸਿੰਘ ਦੇ ਬਾਪ ਨੇ ਮਾਨ ਸਿੰਘ ਨੂੰ ਕਿਹਾ ਕਿ ਉਹ ਕਰਮ ਸਿੰਘ ਦੀ ਮੌਤ ਦੀ ਖਬਰ ਇਸ ਕਰਕੇ ਨਹੀਂ ਸੰਦਸਨਾ ਚਾਹੁੰਦੇ ਤਾਂ ਕਿ ਉਸ ਦੀ ਛੁੱਟੀ ਦਾ ਸੁਆਦ ਨਾ ਮਾਰਿਆ ਜਾਵੇ ਕਿਉਂਕਿ ਫੌਜੀ ਨੂੰ ਛੁੱਟੀ ਬਹੁਤ ਪਿਆਰੀ ਹੁੰਦੀ ਹੈ ਇਹ ਸੁਣ ਕੇ ਮਾਨ ਸਿੰਘ ਨੂੰ ਕਰਮ ਸਿੰਘ ਦਾ ਬਾਪੂ ਧਰਤੀ ਹੇੜਲਾ ਬਲਦ ਪ੍ਰਤੀਤ ਹੋਇਆ ਜਿਸ ਨੇ ਦੂਸਰੇ ਦੇ ਸੋਖ ਲਈ ਕਿੰਨਾ ਵੱਡਾ ਦੁੱਖ ਚੁੱਕਿਆ ਹੋਇਆ ਹੈ ਪਿਆਰੇ ਬੱਚਿਓ ਹੁਣ ਅਸੀਂ ਇੱਕ ਪੈਰ ਘਟ ਤੁਰਨਾ ਕਹਾਣੀ ਦਾ ਸਾਰ ਕਰਾਂਗੇ ਇਕ ਕਹਾਣੀ ਜਿੰਦਾਦਿਲ ਪਾਤਰ ਰਸੀਦ ਦੁਆਲੇ ਘੁੰਮਦੀ ਹੈ ਰਸੀਦ ਨੂੰ ਕੈਂਸਰ ਹੋ ਜਾਂਦਾ ਹੈ ਜਦੋਂ ਡਾਕਟਰ ਰਸੀਦ ਨੂੰ ਬਿਮਾਰੀ ਬਾਰੇ ਦੱਸਣ ਤੋਂ ਚਿਜਦੇ ਹਨ ਤਾਂ ਰਸੀਦ ਉਹਨਾਂ ਨੂੰ ਸੱਚਾਈ ਦੱਸਣ ਲਈ ਕਹਿੰਦਾ ਹੈ ਪਤਨੀ 6 ਸਾਲ ਪਹਿਲਾਂ ਮਰ ਚੁੱਕੀ ਹੈ ਅਮਰੀਕਾ ਰਹਿ ਰਹੇ بیٹے ਅਸਲਮ ਨੂੰ ਰਸੀਦ ਆਪਣੀ ਬਿਮਾਰੀ ਨਹੀਂ ਦੱਸਣਾ ਚਾਹੁੰਦਾ ਰਸੀਦ ਨੌਕਰੀ ਤੋਂ ਅਸਤੀਫਾ ਦੇ ਦਿੰਦਾ ਹੈ ਕਰਦਾਸ ਜ਼ਰੂਰੀ ਸਮਾਨ ਰੱਖ ਕੇ ਬਾਕੀ ਸਾਰਾ ਸਾਰਾ ਸਮਾਨ ਵੇਚ ਦਿੰਦਾ ਹੈ ਅਤੇ ਆਪਣੇ ਪਿੰਡ ਜਾ ਕੇ ਆਪਣੇ ਤਰੀਕੇ ਨਾਲ ਆਜ਼ਾਦ ਜ਼ਿੰਦਗੀ ਜਿਉਂਦਾ ਹੈ ਉਹ ਕੁਝ ਕਬੂਤਰ ਤੋਤੇ ਤੇ ਬਿੱਲੀਆਂ ਰੱਖ ਲੈਂਦਾ ਹੈ ਕਿਆਰੀਆਂ ਵਿੱਚ ਫੁੱਲ ਬੂਟੇ ਲਾ ਲੇ ਉਹ ਸੋਚਦਾ ਹੈ ਕਿ ਕੁਦਰਤ ਨੇ ਕਿੰਨੀਆਂ ਨਿਯਮਤਾਂ ਦਿੱਤੀਆਂ ਹਨ ਮਨੁੱਖ ਨੂੰ ਆਨੰਦਮਈ ਜੀਵਨ ਜਿਉਣ ਲਈ ਇੱਕ ਡਾਕਟਰ ਉਸ ਦੀ ਜ਼ਿੰਦਗੀ ਦੇ 6 ਮਹੀਨੇ ਵਾਲੀ ਗੱਲ ਨਾ ਦੱਸਦਾ ਤਾਂ ਉਸ ਦੇ ਇਸ ਸਾਰੀ ਖੂਬਸੂਰਤੀ ਨੂੰ ਮਾਣਦੇ ਬਿਨਾਂ ਹੀ ਦੁਨੀਆ ਤੋਂ ਚਲੇ ਜਾਣਾ ਸੀ ਅੰਤ ਵਿੱਚ ਬੱਚੇ ਨਾਲ ਮਿਲ ਕੇ ਪਤੰਗ ਉਡਾਉਂਦਿਆਂ ਉਹ ਦਮ ਤੋੜ ਦਿੰਦਾ ਹੈ ਇੰਜ ਰਸੀਦ ਹੱਸਦਿਆਂ ਖੇਡਦਿਆਂ ਜ਼ਿੰਦਾਦਿਲੀ ਨਾਲ ਮੌਤ ਨੂੰ ਕਬੂਲਦਾ ਹੈ ਪਿਆਰੀ ਬੱਚਿਓ ਅੱਜ ਇਸ ਵੀਡੀਓ ਵਿੱਚ ਅਸੀਂ ਖਸਾਰੇ ਕਹਾਣੀਆਂ ਦੇ ਸਾਰ ਕੀਤੇ ਹਨ ਮੈਨੂੰ ਉਮੀਦ ਹੈ ਕਿ ਆਪ ਸਭ ਨੂੰ ਇਹ ਜ਼ਰੂਰ ਸਮਝ ਵਿੱਚ ਆ ਗਏ ਹੋਣਗੇ ਹੋਰ ਵਿਦੇਰੀ ਵੀਡੀਓਜ਼ ਦੇ ਲਈ ਇਸ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ